ਆਓ ਜੀ ਜਨਾਬ, ਅੱਜ ਫਿਰ ਹਾਜ਼ਰ ਆ ਅਸੀਂ ਜਨਾਬ ਸਾਰੇ ਜਿਹੜਾ ਜੀ ਰੋਜ਼ ਦੀ ਰੂਟੀਨ ਜਿਹੜੀ ਆ ਉਹ ਤੁਹਾਨੂੰ ਜਿਵੇਂ ਦਿਖਾਈ ਦੀ ਆ ਉਵੇਂ ਦਿਖਾਵਾਂਗੇ ਇਨਸ਼ਾਅੱਲਾ। ਅਤੇ ਜੀ ਕੁਛ ਮੇਰਾ ਗਲਾ ਨਹੀਂ ਸਾਥ ਦੇ ਰਿਹਾ, ਇਸ ਕਰਕੇ ਡਾਕੂਮੈਂਟਰੀ ਅੱਜ ਬਹੁਤ ਘੱਟ ਬੋਲੀ ਹੈ ਜੀ, ਅਤੇ ਖਾਂਸੀ ਹੋ ਗਈ ਹੈ ਅਤੇ ਗਲਾ ਬਹੁਤ ਖਰਾਬ ਆ ਜਨਾਬ, ਅਤੇ ਟੀਕਾ ਵੀ ਅੱਜ ਲਵਾਇਆ ਵਾ ਅਤੇ ਅੱਗੇ ਨਾਲੋਂ ਕਾਫੀ ਫਰਕ ਪੈ ਗਿਆ। ਇਨਸ਼ਾਅੱਲਾ ਤੁਹਾਨੂੰ ਜੀ ਇਹ ਰੋਜ਼ ਦੀ ਰੂਟੀਨ ਜਿਹੜੀ ਆ ਉਹ ਦਿਖਾਉਂਦੇ ਰਹਾਂਗੇ ਜੀ ਇਨਸ਼ਾਅੱਲਾ। ਅਤੇ ਬਾਕੀ ਹੁਣ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਾਰਾ ਜੀ। ਜਨਾਬ ਸਾਡੇ ਬੇਲੀ ਜਿਹੜੇ ਆ ਜੀ ਕੱਟਾ ਲੈਣ ਜਾਂਦੇ ਹੁੰਦੇ ਆ ਜੀ, ਥੱਕ ਹਾਰ ਕੇ ਹੰਭ ਕੇ ਤਾਂ ਜਨਾਬ ਬੈਠੇ ਹੋਏ ਆ ਜੀ, ਅਤੇ ਅੱਜ ਫਿਰ ਇਹਨਾਂ ਕੋਲ ਪੁੱਛਦੇ ਹਾਂ ਜੀ ਕਿ ਕੱਟੇ ਦਾ ਕੋਈ ਬੰਦੋਬਸਤ ਹੋਇਆ ਕੋਈ ਨਾ ਹੋਇਆ ਜੀ। ਕੁਰਬਾਨੀ ਤੋਂ ਪਹਿਲੇ ਬੰਦੇ ਸਾਡੇ ਤਾਂ ਬਹੁਤ ਖੱਪ ਗਏ ਆ ਜੀ। ਜੀ ਮੀਆਂਦਾਦ ਸਾਹਿਬ ਕੀ ਬਣਿਆ ਜੀ ਕੱਟੇ ਦਾ? ਅਜੇ ਕੁਛ ਨਹੀਂ ਬਣਿਆ, ਜਿੱਥੇ ਜਾਂਦੇ ਆ ਰੇਟ ਨਹੀਂ ਬਣ ਰਿਹਾ ਕਿਸੇ ਦਾ, ਤੇ ਯਾਨੀ ਕਿ ਪੱਲੇ ਨੂੰ ਖਰਚਾ ਵੀ ਕੀਤੀ ਜਾਂਦੇ ਆ ਖਪੀ ਵੀ ਜਾਂਦੇ ਆ। ਇਸ ਟਾਈਮ ਨਾ ਕੱਟੇ ਦਾ ਰੇਟ ਜ਼ਿਆਦਾ, ਬੱਕਰਾ ਕੱਟਾ ਮਹਿੰਗਾ ਵਾ। ਜਿਹੜੇ ਬੰਦੇ ਕੋਲ ਖੜਾ ਵਾ ਕਿਉਂਕਿ ਚੰਦ ਕੀ ਆ, ਪਹਿਲੇ ਤਾਂ ਸਾਰੇ ਸੇਲ ਹੋ ਗਏ ਆ, ਬਾਹਰ ਚਲੇ ਗਏ ਆ ਗੱਡੀਆਂ ਭਰ ਕੇ, ਜਿਹੜੇ ਕੋਈ ਚਾਰ ਪਿੱਛੇ ਰਹਿ ਗਏ ਆ ਉਹ ਬਹੁਤ ਜ਼ਿਆਦਾ। ਕੋਈ ਉਮੀਦ ਹੈਗੀ ਆ ਵੀ ਕੁਰਬਾਨੀ ਤੋਂ ਪਹਿਲੇ ਕੋਈ ਗੱਲ ਬਣ ਜਾਏਗੀ? ਇਨਸ਼ਾ ਅੱਲਾਹ ਜੀ ਬਹੁਤ ਜਲਦ ਆ, ਅੱਜ ਵੀ ਦੇਖਦੇ ਆ ਕੱਲ ਨੂੰ ਫੇਰ ਦੇਖਾਂਗੇ ਕੋਈ ਹਿਸਾਬ ਲਾਵਾਂਗੇ। ਇਹ ਜਨਾਬ ਸਾਡਾ ਇੱਕ ਹੋਰ ਦੋ ਦਿਨਾਂ ਦੇ ਵਿੱਚ ਵੀ ਕੱਟਾ ਇੱਥੇ ਹੋਏਗਾ। ਅੱਛਾ ਜੀ, ਦੋ ਦਿਨਾਂ ਦੇ ਵਿੱਚ ਪਹਿਲੇ ਜੇ ਆਪਣਾ ਬੱਚਾ ਵੇਚਣਾ ਨਾ, ਇਹ ਦੇਖੋ ਆ ਜਿਹੜਾ ਕੋਈ ਭਾਈਵਾਲ ਹੈਗਾ ਆਵੇ ਆਪਣੇ ਨਾਲ ਰਾਬਤਾ ਕਰੇ। ਲਓ ਜੀ ਜਨਾਬ ਇਹ ਬੱਚਾ 4 ਮਣ ਦਾ ਆ ਜੀ, ਤੇ ਇਹਨੂੰ ਵੀ ਕੁਰਬਾਨੀ ਲਈ ਵੇਚਣਾ ਜਨਾਬ। ਜਿਹੜੇ ਕੋਈ ਲੈਣਾ ਚਾਹੁਣ ਤਾਂ ਉਹ ਲੈ ਸਕਦੇ ਆ ਜਨਾਬ। ਤੇ ਪਾਣੀ ਦਾ ਟਾਈਮ ਹੋਇਆ ਤੇ ਪਾਣੀ ਪੂਣੀ ਪਿਲਾ ਰਹੇ ਆ ਇਹਨਾਂ ਨੂੰ। ਤੇ ਇੱਧਰ ਮਾਲ ਡੰਗਰ ਜਿਹੜਾ ਆ ਜੀ, ਇਹ ਰੋਜ਼ ਰੂਟੀਨ ਦੇ ਮੁਤਾਬਕ ਜ਼ਾਹਰ ਹੈ ਇਹਨਾਂ ਦੀ ਸੇਵਾ ਕਰਨੀ ਪੈਂਦੀ ਹੈ ਜੀ। ਤੇ ਇਹ ਦੇਖ ਸਕਦੇ ਆ ਅੱਛਾ ਅਮੀਰ ਮੀਨੀ ਸਾਹਿਬ, ਜਿਹੜਾ ਕੱਟਾ ਤੁਹਾਡੇ ਕੋਲ ਦੇਖਿਆ ਸੀ ਯਾਨੀ ਕਿ ਉਹ 90 ਦਾ ਰੇ ਲਾਉਂਦੇ ਸੀ? ਇਹ ਜੀ 90 ਲੈਂਦੇ ਨੇ ਤੇ ਉਹ 120 ਦਾ ਵਿਕ ਗਿਆ ਜੀ। ਅੱਛਾ 120 ਦਾ ਵਿਕ ਗਿਆ, ਯਾਨੀ ਕਿ ਤੁਹਾਡੇ ਖਿਆਲ ਦੇ ਮੁਤਾਬਕ ਮੁੱਲ ਜਿਹੜਾ ਬਹੁਤ ਚੜਿਆ ਜਾ ਰਿਹਾ ਹੈ। ਇਹ ਉਹ ਵਪਾਰੀ ਹੈ ਠਾਪ ਆ ਇਹ ਜੀ, ਆ ਦੇ ਨੇ 5 ਮਾਰ ਦਾ ਸਾਨੂੰ ਕੱਟਾ ਲੱਗੇ ਤੇ 120 ਦਾ ਵਿਕ ਗਿਆ ਜੀ। ਵੱਛੀ ਕਿੰਨੇ ਦੀ ਵਿਕੀ? ਵੱਛੀ ਵੱਛੀ ਕੋਈ ਦਾ ਵਿਕ ਹੈ ਉਹਦੇ ਕਣੇ ਨੇ ਵਾਲੇ ਖਾਲੀ ਵੱਛੀ ਲੈ ਦੇ ਤੀਆਂ ਦੀ ਯਾਰ 40 ਦੀ। ਇਹ ਜੀ ਜੋੜ ਤੋੜ ਕਰਦੇ ਪਏ ਆ ਵੱਛਾ ਮੀਨੀ ਜਿਹੜਾ ਜੀ, ਉਹ ਵੱਛੇ ਨੂੰ ਚੈੱਕ ਕਰਨ ਲੱਗਾ ਜੀ ਕਿਉਂਕਿ ਇਹ ਵੀ ਕੁਰਬਾਨੀ ਲਈ ਅਸੀਂ ਵੇਚਣ ਲਈ ਰੱਖਿਆ ਵਾ। ਇਹ ਬੱਕਰੀਆਂ ਵੀ ਜਿਹੜੀਆਂ ਜੀ, ਤੂੰ ਪੁੱਠਾਣਾ ਤਾਂ ਸਿੱਧਾ ਹੀ ਨਹੀਂ ਕੱਢਿਆ। ਨਹੀਂ ਨਹੀਂ ਕੱਢ ਕੇ ਅੰਦਰ ਓ ਯਾਰ ਕਿੱਥੇ ਆ ਚੈਕਿੰਗ ਆ ਜੀ। ਓ ਨਹੀਂ ਯਾਰ ਜ਼ਾਦ ਅਲੀ ਹੁੰਦਾ ਖੀਰਾ ਜਿਹੜੇ ਹਿਸਾਬ ਨਾਲ ਦੇਖਦੇ ਹੁੰਦੇ ਆ ਜੀ ਆਪਣੇ ਤਾਂ ਖੀਰਾ ਜੀ, ਖੀਰਾ ਜੀ ਇਹ ਕਹਿੰਦਾ ਜੀ ਖੀਰਾ ਇਹ ਦੰਦ ਹਲਾ ਰਿਹਾ ਸਿੱਟੇ ਨੇ। ਅੱਛਾ ਲਓ ਜੀ ਆ ਮੱਝ ਸਾਡੀ ਵੀ ਇੰਤਜ਼ਾਰ 'ਚ ਆ, ਇਹ ਚਾਹੁੰਦੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਜੀ ਇਹਨੂੰ ਪਾਣੀ ਵੀ ਪਿਆ ਜਾਏ ਅਤੇ ਨਵਾਇਆ ਵੀ ਜਾਵੇ। ਗਰਮੀ ਸ਼ਿੱਦਤ ਇਖਤਿਆਰ ਕੀਤੀ ਹੋਈ ਹੈ ਜੀ, ਅਤੇ ਮੇਰਾ ਵੀ ਬੁਰਾ ਹਾਲ ਆ ਜਨਾਬ। ਹਾਂ ਜੀ ਮੇਰਾ ਗਲਾ ਖਰਾਬ ਹੋ ਗਿਆ ਹੋਇਆ ਜਨਾਬ, ਖਾਂਸੀ ਨੇ ਬਹੁਤ ਤੰਗ ਕੀਤਾ ਹੋਇਆ ਜੀ। ਅਤੇ ਇਹ ਬੱਚੇ ਵੀ ਆਪਣੇ ਮੌਜ ਮੇਲਿਆਂ ਨਾਲ ਦੇਖ ਸਕਦੇ ਹਾਂ ਤੁਸੀਂ। ਹਾਂ ਕੱਲ ਸ਼ਹਿਰ ਜਾਏਂਗੇ, ਉਧਰ ਸੇ ਕਿਆ ਲੈਣਾ ਹੈ, ਉਧਰ ਸੇ ਕਿਆ ਲੈਣਾ ਹੈ? ਇਹ ਤਾਂ ਚੰਗਾ ਹੋਇਆ ਭਾਰ ਨਹੀਂ ਪਾਇਆ ਹਜੇ, ਕਿਆ ਲੈਣਾ ਹੈ? ਅੱਛਾ ਭਾਈ ਵੀ ਬਿਮਾਰ ਹੁਆ ਹੈ, ਉਸਕੇ ਲਈ ਫਲ ਫਰੂਟ ਲੈਣੇ ਜਾਣਾ ਠੀਕ ਹੈ। ਗਾਉਂ ਦੇ ਬੱਚੇ ਜਿਹੜੇ ਜੀ ਕੰਮ ਕਾਜ ਵੀ ਕਰਦੇ ਆ ਤੇ ਕੰਮ ਕਾਜ ਦੇ ਵਿੱਚ। ਹਾਂ ਵੀ ਪਾਥੀਆਂ ਪਥੇ ਹੀ ਆ, ਕਿੰਨੀਆਂ ਪਾਥੀਆਂ ਨੀ ਰੋਜ਼ ਦੀਆਂ ਗਿਣਤੀ ਕਰਕੇ ਦੱਸ ਨਾ ਕਿੰਨੀਆਂ ਪਾਥੀਆਂ ਨੇ? ਤਿੰਨ? ਤਿੰਨ ਤਾਂ ਬਹੁਤ ਥੋੜੀਆਂ ਵਾ, ਜ਼ਿਆਦਾ ਨੀ 10-20 ਨੀ ਪਾਥੀਆਂ ਨੇ? ਇਹਨੂੰ ਤਾਂ ਐਂ ਮਾਲੂਮ ਹੁੰਦਾ ਜਿਵੇਂ ਬਰਫ਼ ਪੈਣ ਡਈ ਹੈ ਜੀ, ਅਤੇ ਗਰਮੀ ਜਿਹੜੀ ਆ ਉਹ ਇੰਨੀ ਆ ਵੀ ਗਸ਼ ਪੈਣ ਡਈ ਆ, ਅਤੇ ਇਹ ਇਸ ਤਰ੍ਹਾਂ ਇਹਨੇ ਲਪੇਟਿਆ ਚਾਦਰ ਨੂੰ ਜਿਵੇਂ ਕਿਤੇ ਇਹਨੂੰ ਨਾ ਬਰਫ਼ ਪੈਣ ਡਈ। ਇਹ ਤੈਨੂੰ ਗਰਮੀ ਨਹੀਂ ਲੱਗਦੀ?
सर्दी लगती। अच्छा इधर तो पुठा साहब हो गया जी, वो कहती तेन बुखार आ, ते फिर वैसे ही तेन सर्दी लगती ता करके लपेटी। अच्छा चलो ओ आ मिट्टी फिर खाई जान डे यार, आ यार मिट्टी निकाल मुंह से। ओला जी आ पैप भी साड़ी जड़ी है जी, ये तो मैनू भी पेऊंगी जी पैप आज। रोज की रूटीन है जी के माल डंगर नूं दुपहरे पानी भी पाना हुंदा वा, ते पानी डा के जनाब सारे ने जाहिर है इंसान दिहाड़ी च पता नहीं किन्नी वारी पानी पींदा वा, ते डंगरां नूं भी पानी पियाना हुंदा जी। इसे इतना च जनाब दोपहर की साड़ी चाह का भी टाइम हो गया, ते आ चाह बनी पई है, चाह भी पीने ओ डुल जाएगी। सोलर पक्खा जिहड़ा जी बस इहदी हुण बस हो गई है, ते आस्ता हो गया वा क्योंकि धुप बहुत घट गई है जी। आओ जी आ देहात असी अपना चूल्हा भी सोलर वाला रखा हुआ जनाब 12 वोल्ट ये चलता वा, तो बड़ा कम दिंदा जी। तो यह असी डिश जी बड़ी अच्छी तैयार कर रहे हैं जी, करेले भर के जनाब बना रहे हैं, तो कुछ जिहड़ा इहदा समान बचा सी उहदा असी पकौड़े जिहड़े आ उह ऐ देख सकते हो जी, पकौड़े असी वह भी तैयार किए वह भी खावांगे जी। बड़ी प्यारी डिश है जी, भर के तो बंद किए धागा ला के उत्ते जी, ते ए चूल्हा कम बहुत दिंदा जी। एक इहदा घाटा कि जनाब ए चूल्हे दे नाल अगर जिसम का कोई हिस्सा भी टच हो जाए तो यह फौरी साड़ दिंदा जी, इहदे तो ये बड़ी एहतियात करनी पैंदी है जी, बचना पैंदा वा। यह देख सकते हो तुसीं पौनी लगन डई है जी हुण। आओ जी आ मझ नूं तसली नाल नवाता जी, ते मझ हुण मौजां नाल जान डई है जी, ठंडक हो गई है जनाब बेहतरीन। ते ओ तुसी तुहानू नज़र आ रहा होगा जी फसल की तबाही लाई जाती है वा, बकरियां बकरे ए देख लो जी, ये तिलों की फसल है, तो ये आप ही तबाही लै गई समझ लो जी। ए देखो जी कलोज करके तुहानू दिखाया वा, ये लोगों नूं इदा करना नहीं चाहिए, बल्कि ये मालकां दे अपने ही हैं, भावें उन्हां दे अपने हैं, लेकिन जी ये तो नुकसान च गल जाती है। ये देखो जी सारे तिल जड़े है जी वो छंगी जान डे। खालस भाई ने महसूस किया थी कि मिट्टी बहुत उड़ती है, तो उन्होंने कहा जी कि जड़ा जी पैप ला के तो पानी जड़ा ना इहदा तरौंका लाओ चंगी तरह जी। एक चीज़ होर भी है जी, दहाच जड़ा जी गाँव च मच्छर बहुत होंगे है जी, मच्छरदानी तो बगैर जड़ा गल नहीं बनती रात को जी, क्योंकि माल डंगर का गोबर वगैरह रूपियाँ इतने लगिया होंगे वजह न जड़ा जी ज़्यादा जड़ा ना मतलब मच्छर की पैदावार बहुत ज़्यादा होंगी है, तो शहर ज़रा घट होंगी है। देख सकते हो तो असी जो पानी का रौंका ला रहे हैं जी, हाँ जी पंप वगैरह इतने सारा कुछ मौजूद है जी। लो जी आ करेले देख लो जी जनाब फुल फ्राई हो गया जी, तले गए है, तो हूँ इधर मिर्च मसाले हल्दी पूरी कर रहे हैं, तो फिर ये पाऊंगे जी। लो जी जनाब खुशबू जड़ी है जी फैली पई है जी हर पास, क्या बात है, जबरदस्त रेसिपी है जी करेले की। ए चूल्हा जी जिहड़ा सोलन चलता जनाब, लै लो जी ए होगी रेसिपी जी तैयार जी, शाम नूं खावांगे तो पता लगेगा जनाब, अभी बड़ी बेहतरीन लगी जी। ऐ जनाब आखिरी शोभा अज की रूटीन का साडा जी, मझां नूं पानी पूनी पिया के पट्ठा पाड़ा खाण लई आ मैं, ते जनाब हुण एंड ते दुध जिहड़ा जी वह चोना हुंदा जी, ते देख सकते हो तुसीं पट्ठे भी खा रही हैं गाइयां, ते दुध चोण दा भी टाइम होया वा जी। ऐ देख सकते हो जनाब ताज़ा तरीन
लो जी जनाब माशाल्लाह जी तुहानू रोज़ की डेली रूटीन जी है जी वो मुताबिक काम काज हों भी सारा कुछ दिखाया जी तो इंशाल्लाह इस तरह ही देहाती ब्लॉग जरा बना के दिखाते रहेंगे जी तो इंशाल्लाह फिर मिलेंगे जी दोबारा जी तो साढ़े यूट्यूब चैनल कपड़ा पंजाब का इनू देखा भी करो जनाब पूरी वीडियो देखा करो मेहरबानी करो तो हूँ अभी अपने यूट्यूब चैनल मुकड़ा पंजाब के तो जल चाहे जी अल्लाह हाफिज़।